ਲੈ ਆ ਵੇਖ ਲੈ ਵੱਡਾ ਬੈਟਸਮੈਨ ਕਿੰਨੇ ਮਸਾਲੇ ਪਾਉਂਦੇ ਈ ਤੂੰ ਓਏ ਸਿਰੀ ਅਨਲੌਕ ਦਾ ਡੋਰ ਮਾਰਦੇ ਮਾਰਦੇ ਵੇਖਣਾ ਨਹੀਂ ਮਾਰ ਹਾਂਜੀ ਗਾਈਸ ਕੀ ਹਾਲ ਆ ਤੇ ਆਪਣਾ ਨਵਾਂ ਵਲੌਗ ਆ ਗਿਆ ਅੱਜ ਆਪਾਂ ਮਤਲਬ ਕਿ ਤੁਹਾਨੂੰ ਕਿੱਦਾਂ ਕੀ ਦੱਸੀ ਆ ਅੱਜ ਅਸੀਂ ਬੜੇ ਚਿਰ ਬਾਅਦ ਵਲੌਗ ਸ਼ੁਰੂ ਕਰਨ ਲੱਗੇ ਆ ਹਨਾ ਜਤੀ ਨੇ ਅੱਜ ਸਾਡਾ ਮਹੀਨੇ ਬਾਅਦ ਵਲੌਗ ਹੋਣ ਲੱਗਾ ਆ ਚੇਤਾ ਆਈ ਹੈ ਜਿਵੇਂ ਸਾਡੇ ਯੂਟਿਊਬ ਚੈਨਲ ਵੀ ਹੈਗਾ ਆ ਹਾਂ ਸਾਨੂੰ ਫਿਰ ਅੱਜ ਬੈਠੇ ਬੈਠੇ ਚੇਤਾ ਆ ਕਿ ਸਾਡਾ ਯੂਟਿਊਬ ਚੈਨਲ ਆ ਗਿਆ ਤੇ ਨਾ ਉਹਨੂੰ ਤੰਗੜੇ ਤੇ ਫਿਰ ਅਸੀਂ ਸੋਚਿਆ ਅੱਜ ਅਸੀਂ ਵੈਸੇ ਵਿਹਲੀ ਮਾਰਦਾ ਵਲੌਗ ਬਣਾਈ ਜੋਰ ਦੀ ਵੜਦੇ ਇੱਧਰ ਇਹਲਾ ਮੇਰੇ ਇਹਨੇ ਮਾਸ ਲਾਇਆ ਉਦੋਂ ਉਦੋਂ ਦੇ ਸ਼ਾਂਤੀ ਬੜਾ ਸੀ ਹੁਣ ਵੱਡਾ ਵੀ ਹੋਇਆ ਨਾ ਪਹਿਲਾਂ ਨਾਲੋਂ ਸਾਰੇ ਤੇਰੇ ਵਰਗਾ ਹੀ ਹੈ ਵੀ ਮਾਮਾ ਵੇਲਾ ਕਿੰਨਾ ਪਿਆਰ ਆਪਣੇ ਚ ਹੋਰ ਗੁੰਗਾ ਆ ਦੰਦੀ ਵੱਢਦੇ ਨੀ ਉਹਨੇ ਤੇਰਨਾ ਅੱਜ ਆਪਾਂ ਮੈਗੀ ਬਣਾਉਣ ਲੱਗੇ ਘਰੇ ਕੀ ਲੈ ਗਿਆ ਯਾਰ ਤੂੰ ਬਣਾਇਆ ਕਰਦਾ ਆਵੇ ਆ ਮਾਮਾ ਵੇਲਾ ਕਿੱਥੇ ਜਾਣ ਦਿਆ ਜੀ ਕਿੱਥੇ ਜਾਣ ਦਿਆ ਹੁਸ਼ ਹੂਸ਼ ਨਾ ਕਰਿਆ ਕਰ ਭਰਾ ਹੂਸ਼ ਤੇ ਕੁੱਤੇ ਪੈਂਦੇ ਈ ਉਹ ਮਾਮਾ ਮੈਨੂੰ ਨਹੀਂ ਪੈਂਦੇ ਮੇਰੀ ਗੱਲ ਸੁਣ ਚਲਾ ਮੈਗੀ ਲੈ ਚਲੀ ਮੈਗੀ ਬਣਾਈ ਯਾਰ ਤੁਸੀਂ ਖਾਂਦੇ ਪਿਆਂਦੇ ਬੜਾ ਜ਼ਿਆਦਾ ਆਪਾਂ ਮੈਗੀ ਲਿਆਉਣਗੇ ਜਾ ਕੇ ਅੱਜ ਆਪਾਂ ਆਪ ਹੀ ਮੈਗੀ ਬਣਾਵਾਂਗੇ ਫਸਟ ਟਾਈਮ ਸੇਰੇ ਨੂੰ ਥੋੜੀ ਨਾ ਘਰੇ ਮਿਲ ਲੈ ਨਹੀਂ ਕੋ ਖਾਣ ਨੂੰ ਕਿਉਂ ਨਹੀਂ ਓਏ ਥਲਾ ਤੇ ਤਾਂ ਕਹਿਣ ਲਈ ਵਾਸ਼ ਮਾਈ ਹੈ ਨਹੀਂ ਰਹਿਣ ਚੱਲ ਰਹਿਣ ਦੇ ਨਹੀਂ ਰਹਿਣ ਚੱਲ ਆਹੋ ਸ਼ੇਖ ਤੇ ਮੈਂ ਕਹਿ ਨਹੀਂ ਬਾਕੀ ਤੁਸੀਂ ਵੇਖ ਲਿਓ ਲੈਣ ਦੋ ਸਾਰੇ ਓ ਮੇਰੇ ਤੋਂ ਹੈਗੇ ਟੈਨਸ਼ਨ ਨਾ ਲੈ ਚੱਲ ਚਲਾ ਜਲੀਏ ਕੱਪੜੇ ਕੱਪੜੇ ਪਾ ਕੇ ਤੂੰ ਕੀ ਨੰਗਾ ਹੀ ਤੁਰੇ ਆਉਣਾ ਜਦੋਂ ਇਹਨੇ ਆਪਣੀ ਬੇਇੱਜ਼ਤੀ ਕਰਾਉਣੀ ਹੈ ਦੁਕਾਨ ਕਿੱਥੇ ਕਵਾ ਜਾ ਵੀ ਚੱਲ ਫਿਰ ਤੁਰ ਕੇ ਮਾਮਾ ਐਵੇਂ ਹੀ ਉਹ ਪੈ ਗਏ ਬਾਹੂ ਜਾ ਵੀ ਵੇਲੇ ਮੈਨੂੰ ਵੀ ਦੱਸਿਆ ਉਦੋਂ ਤੁਸੀਂ ਭਰਾ ਬੜੇ ਕੁੱਤੇ ਇਹਨਾਂ ਦੇ ਚੱਲੀਏ ਮੈਂ ਤਾਂ ਚਲੋ ਆਇਓ ਮੁੜ ਜਾਓ ਆਇਓ ਚੱਲੀਏ ਆਇਓ ਆਇਓ ਟੈਨਸ਼ਨ ਨਹੀਂ ਲੈਣੀ ਮਾਮਾ ਤੇਲ ਵਾਧੂ ਜਗੀ ਮੈਂ ਤਾਂ ਚੱਲਿਆ ਭੱਜਿਆ ਨਹੀਂ ਜਾਂਦਾ ਉਹਦਾ ਇਹ ਫੁੱਟਬਾਲ ਪਲੇਅਰ ਹੀ ਦੱਸ ਓਏ ਓਏ ਉਹ ਭਰਾਵਾ ਮੁੜ ਜਾ ਓਏ ਮੁੜ ਜਾ ਉਹ ਰਾਤ ਤੇਰੇ ਮਲੇ ਦੇ ਕੁੱਤੇ ਦਾ ਨਹੀਂ ਪਤਾ ਹੈਗਾ ਐਵੇਂ ਹੀ ਤੇਲ ਪਚਾਉਣ ਦੇ ਚੱਕਰਾਂ 'ਚ 6 ਟਾਂਕੇ ਲਵਾ ਕੇ ਬਹਿ ਜਾ ਵੀ ਸਹੀ ਗੱਲ ਦੀ ਟਾਂਕੇ ਲੋ ਪਾਦਾਂ ਬਾਇਓ ਬਾਇਓ ਇਹਨੂੰ ਕਹਿ ਪੈਲੀ ਜੀ ਵਾੜ ਦੇ ਤੂੰ ਚੱਲ ਓਏ ਦੁਕਾਨ ਕਿੱਥੇ ਆ ਮੈਂ ਸਕੂਟਰੀ ਤੇ ਫੜ ਲਈ ਆ ਕੋਈ ਨਾ ਆਪੇ ਲੱਭ ਜੂ ਜਾਂਦੇ ਉਹ ਦੱਸ ਓਏ ਐਨੂੰ ਸਿੱਧਾ ਜਾ ਓ ਲੈ ਰੁਕ ਜਾ ਕੁੱਤਾ ਹੀ ਅੱਗੇ ਕੁੱਤਾ ਨਹੀਂ ਕੁੱਤੀ ਹੂੰ ਅੱਛਾ ਇਹਦੀ ਨਿਗਾਹ ਵੇਖ ਨਹੀਂ ਤੇਰੀ ਓਏ ਇੱਧਰ ਚੱਲ ਜਾ ਇੱਧਰ ਦੁਕਾਨ ਦੱਸ ਇੱਧਰ ਮੋੜ ਆ ਫਿਰ ਸਿੱਧਾ ਜਾ ਕੇ ਸੱਜੇ ਮੋੜ ਤੂੰ ਤੇ ਮਾਮਾ ਰਾਹ ਤੇ ਉਹੀ ਪੈਣਾ ਕੁੱਤਾ ਦੇ ਉੱਥੇ ਵੀ ਮਿਲ ਹੀ ਜਾਣਾ ਵਾ ਦੇਖੀ ਆ ਉਹਦਾਂ ਵਾਲੇ ਕੁੱਤੇ ਸਹੀ ਹੁੰਦੇ ਆ ਕਿੱਥੇ ਦੁਕਾਨ ਆ ਓਏ ਇੱਧਰ ਦੁਕਾਨ ਇੱਧਰ ਆਹੋ ਇੱਧਰ ਉਹ ਇਹਨੇ ਚਪੇੜ ਮਾਰ ਦੇ ਪਿੱਛੇ ਇੱਕ ਮਿੰਟ ਇੱਧਰ ਮੋੜਨਾ ਏ ਮੈਂ ਤੈਨੂੰ ਕਿਹਾ ਸੀ ਸੱਜੇ ਜਾ ਮੈਗੀ ਫੜ ਲੈ ਲਿਆ ਤੈਨੂੰ ਪੈ ਫੜਾਵਾਂ ਕੱਢ ਕੇ ਲੈ ਗਿਆ ਰੁਕ ਜਾ ਗੱਲ ਸੁਣ ਹਲੇ ਬਾਕੀ ਆਪੇ ਪਾ ਲਈ ਵੀਰ ਮੈਂ ਪੈਸੇ ਨਹੀਂ ਲਿਆਂਦੇ ਜਾਸ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੈਨੂੰ ਲੈ ਕੇ ਆਉਂਦੇ ਫਿਰ ਝੂਠ ਨਾ ਬੋਲੀ ਕੌਣ ਲੱਗੇ ਨਹੀਂ ਲਿਆਂਦੇ ਮੈਂ ਉਹ ਇਹਨੇ ਪੈਸੇ ਨਹੀਂ ਲਿਆਂਦੇ ਦੋ ਦਾ ਕੀ ਕਰਨਾ ਫਿਰ ਆ ਵੇ ਜੇਬ 'ਚ ਨਿੱਕੀ ਜੇਬ 'ਚ ਪੈਸੇ ਪਾਏ ਜਾ ਫਿਰ ਜਾ ਤੂੰ ਜਾ ਲੈ ਆ ਜਾ ਕੇ ਚੱਲ ਇਹਨੂੰ ਗਿਰਵੀ ਦੱਸ ਦੀ ਦੁਕਾਨ ਤੇ ਆਹੋ ਮਾਮਾ ਤੁਹਾਡਾ ਆਪਾਂ ਫਿਰ ਪੈਸੇ ਲੈਣ ਘਰੇ ਵਾਪਸ ਆਏ ਜਾ ਪੈਸੇ ਲੈ ਗਿਆ 100 ਰੁਪਏ ਲੈ ਆਈ ਵਾਧੂ ਆ
ਨਹੀਂ 100 ਮਮਾ ਕੱਟ ਜਾਣਾ ਵਾ ਓਏ 5000 ਰੁਪਿਆ ਲੈ ਆਈ ਕਿਉਂ ਜੋੜੀ ਜਾਣਾ ਨਹੀਂ ਤੇ ਬੁਲਟ ਫੜ ਲਾ ਉਹ ਕੈਪਰੀ ਬਾਈਕ ਦਾ ਉਹ 2 ਮਿੰਟ ਇਸ ਕੋ ਫੋਨ ਹੈ ਕਹਿੰਦੇ ਫੈਨ ਪੇ ਕਰ ਦਿੰਦਾ ਉੱਥ ਇਹਨੇ ਕਹਿੰਦਾ ਪਹਿਲਾਂ ਨਹੀਂ ਦੱਸਿਆ ਫੈਨ ਪੇ ਮੈਂ ਵੀ ਇਹ ਵੀ ਸੋਚਿਆ ਇੱਕੋ ਦਮ ਮੈਨੂੰ ਇੱਕੋ ਦਮ ਚੇਤਾ ਆਇਆ ਮੈਨੂੰ ਲੱਗੇ ਕਰੇ ਫੋਨ ਨਹੀਂ ਹੈਗਾ ਤੇ ਫੋਨ ਲੈ ਜਾਣਾ ਇਹਨੇ ਘਰੇ ਮੈਂ ਕਿਹਾ ਕਰੇ ਇਹਦੇ ਫੈਨ ਪੇ ਚ ਪੈਸੇ ਨਹੀਂ ਹੈਗੇ ਕਿੰਨੇ ਪੈਸੇ ਵਿਖਾ ਬੈਲੈਂਸ ਚੈੱਕ ਕਰਾ ਕਿੰਨੇ ਆ ਕਿੰਨੇ ਆ ਵਿਖਾ ਸੀ ਲੈ ਪੇਮੈਂਟ ਨੋਟ ਐਕਸੈਪਟੇਬਲ ਆ ਗਿਆ ਉੱਥੇ ਕਰਦੇ ਮੈਨੂੰ ਪਤਾ ਮੈਂ ਬੜੀ ਵਾਰੀ ਚੀਜ਼ ਲੁੱਟੀ ਉੱਥੇ ਆਪਾਂ ਫੇਰ ਤੇਰਾ ਫੈਨ ਪੇ ਨਾ ਆਏ ਨਾ ਮੈਂ ਕੁੱਤਿਆਂ ਮੂਹਰੇ ਛੱਡ ਕੇ ਆਉਂਦਾ ਤੈਨੂੰ ਤੂੰ ਹੀ ਮੂਹਰੇ ਜਾਣਾ ਕੁੱਤਿਆਂ ਦੇ ਹੁਣ ਖੱਬੇ ਕਿੱਧਰ ਹੈਗਾ ਇੱਧਰ ਨਹੀਂ ਖਾਲੀ ਇੱਧਰ ਉਹ ਸਾਰੇ ਉੱਧਰ ਪਹੁੰਚ ਗਏ ਨਾ ਉਹ ਨਹੀਂ ਉੱਦਣ ਆਹੋ ਜਗ੍ਹਾ ਤੇ 6 ਕੁੱਤੇ ਪਏ ਕੰਮ ਤੇਰਾ ਖਰਾਬ ਹੋਣਾ ਸੀ ਉਦਣ ਕਿਹੜੇ ਉਦਣ ਤੂੰ ਛੇੜਿਆ ਸੀ ਓਏ ਉਦਣ ਮਾਮਾ ਨੂੰ ਛੇੜਦੇ ਸੀ ਉਹ ਐਂਦਾ ਵਿੱਚੋਂ ਚੱਲ ਜਾ ਤੇ ਉਹ 4 ਪੈਕਟ ਕਿ 3 ਚਾਰ ਮਹਿੰਗੀਆਂ ਓਏ ਮਹਿੰਗੀਆਂ ਬਾਅਦ ਚੋਂ ਮੰਗੀ ਪਹਿਲਾਂ ਉਹ ਤੇ ਪੇਮੈਂਟ ਕਰ ਹੁੰਦੀ ਵੀ ਆ ਕਿ ਨਹੀਂ ਮੈਂ ਵੇਖਿਆ ਜਿਹੜਾ ਹੁੰਦੇ ਨਹੀਂ ਆ ਰੈੱਡ ਬਾਥਰੂਮ ਮੈਂ ਯੂਜ਼ ਕੀਤੀ ਔਰ ਨੀਲਾ ਟੋਇਲਟ ਮੈਂ ਹਾਪਿਕ ਹਾਪਿਕ ਰੈੱਡ ਹਾਪਿਕ ਬਣੇ ਫਿਰਦਾ ਹੀ ਹੈ ਆਹੋ ਰੈੱਡ ਬਾਥਰੂਮ ਕੇ ਲਈ ਔਰ ਨੀਲਾ ਵਾਸ਼ਰੂਮ ਕੇ ਲਈ ਨੀਲਾ ਦੇ ਆਪਣੇ ਚ ਕੋਈ ਨਹੀਂ ਗਾ ਮੈਂ ਨੀਲਾ ਹੀ ਪਾਇਆ ਨੀਲਾ ਮੈਂ ਲਾਲ ਤੇ ਮੈਂ ਵੀ ਪਾਇਆ ਆ ਸੀਰੀ ਬੋਲੀ ਭਰਾਵਾ ਜਾ ਖੋਲ ਆਪੇ ਖੋਲਣਾ ਪੈਣਾ ਜਤੀਨ ਅਨਲੋਕ ਦਾ ਡੋਰ ਉਹ ਚਾਬੀ ਕਿਹੜੀ ਲੱਗਣੀ ਆ ਚੱਲ ਬਣਾ ਆਪਾਂ ਤੈਨੂੰ ਵੇਖਦੇ ਆ ਮੈਨੂੰ ਆਉਂਦੀ ਵੈਸੇ ਬਣਾਉਣੀ ਭਾਂਡੇ ਪਏ ਨੂੰ ਭਾਂਡੇ ਨੀ ਲੱਭਣ ਦੇ ਦਿਮਾਗ ਵੈਸੇ ਤੇਰਾ ਵੀ ਨੀ ਹੈਗਾ ਮੈਨੂੰ ਇੰਨਾ ਨੀ ਪਤਾ ਹੁੰਦਾ ਕਿਹੜਾ ਭਾਂਡਾ ਕਿੱਥੇ ਪਿਆ ਹੁੰਦਾ ਸਾਰੇ ਮਾਸਟਰ ਸ਼ੈਫ ਹੀ
ਕੁਆਲਟੀ ਨੂੰ ਸਾਫ ਹੈ ਜੀ ਇਹੋ ਕਬਰ ਨਾਲ ਸੁਣਾ ਤੋਂ ਇਹਨਾਂ ਇਹਨਾਂ ਓ ਯੈਸ ਦੂਆ ਫਾਜ ਮੇਰੇ ਹੱਥ ਨੂੰ ਰੰਗ ਲੱਗ ਗਿਆ ਸੀ ਅਸ ਤੋ ਅਭੀ ਤੋ ਸਾਰੇ ਤੂੰ ਕਰਨਿਆ ਵਾ ਮਮਾ ਤੇਰੇ ਘਰੇ ਉਹ ਤੋ ਬੈ ਰਾਂ ਮੂੰਹ ਤੇ ਫਲੈਸ਼ ਆ ਰਹੀ ਜਾਂਦਾ ਇਹਨੂੰ ਮੁੰਡਾ ਚੌਲੜ ਮੈਂ ਕੀ ਬਣਾਉਣ ਲੱਗਾ ਵੇਖੋ ਚੱਲ ਰਹਿ ਤੂੰ ਕੱਲ ਖਾਣਾ ਤੂੰ ਮੈਂ ਅੱਜ ਖਾ ਹੀ ਲਵਾਂ ਮੈਨੂੰ ਲੱਗਦਾ ਆਪਣੇ ਲੈਜੈਂਡਰੀ ਦੰਦਾਂ ਦਾ ਇਸਤੇਮਾਲ ਕਰਨਾ ਪੈਣਾ ਹੁਣ ਨਾ ਖਾਈਏ ਜੂਠੇ ਹੋ ਗਈ ਮੈਂ ਕਦੀ ਵੇਖਿਆ ਤਾਂ ਨਹੀਂ ਆ ਅੱਜ ਪਹਿਲੀ ਨਹੀਂ ਵੇਖਣ ਆ ਵੈਸੇ ਮੇਰੀ ਸਾਫ ਕੀਤੀ ਸੀ ਤੂੰ ਬਸ ਤੂੰ ਮਾਮਾ ਉਹਦੇ ਵਿੱਚ ਉਹ ਪਿਆ ਰਹਿਣ ਤਾਂ ਕਿ ਚੱਲ ਪਈ ਜੇ ਬੰਦਾ ਹੁੰਦੇ ਨਹੀਂ ਮੁੰਡੇ ਨੇ ਸਾਫ ਕੀਤੀ ਦੁਬਾਰਾ ਲੱਗ ਗਿਆ ਪਤਾ ਕਿਹੋ ਜਿਹੇ ਸ਼ੈਫ ਆ ਫਿਰ ਚੱਲ ਮੈਂ ਉਨੀ ਚਿਰ ਆ ਦਿਖਾਵਾਂ ਨੌ ਸਾਲਾ ਫੋਨ ਹੈ ਤੂੰ ਗਰਮੀ ਕਰਾਉਣੀ ਇਹ ਪਾਗਲ ਹੈਗਾ ਤੈਨੂੰ ਮੈਂ ਉਦੋਂ ਦੱਸਣ ਲਿਆ ਯਾਰ ਬੱਤੇ ਕਿੰਨੇ ਮਸਾਲੇ ਪਾ ਦੇ ਓਏ ਹੋਰ ਪੈਕਟ ਇੱਕ ਦਾਈਆਂ ਯਾਰ ਮਸਾਲੇ ਨੇ ਭਰਤੀ ਜਾ ਮਾਮਾ ਨਾ ਬਿਮਾਰ ਹੋਏ ਖਾ ਕੇ ਤਾਂ ਗਈ ਮੈਨੂੰ ਲੱਗੀ ਯਾਰ ਡਾਕਟਰ ਨੇ ਵੀ ਨਾਲੇ ਵਲੋਗ ਵੇਖਣਾ ਸੀ ਡਾਕਟਰ ਨੂੰ ਬੁਲਾਓ ਲੋਕ ਕਹਿੰਦੀ ਕਿਹਦੀ ਹੋਇਆ ਕੀ ਬੁਢਾਪੇ ਮੈਂ ਹੋਤੀ ਹੈ ਐਸੀ ਸਮੱਸਿਆਏ ਉਹ ਤੇਰਾ ਜਦੋਂ ਜਤੀ ਨੇ ਜਦੋਂ ਜਦੋਂ ਦਵਾਈ ਲੈ ਜਾਏਗਾ ਨਾ ਉਹਨੇ ਪੁੱਛਣਾ ਹੋਇਆ ਕਿ ਤੂੰ ਨਾ ਬਲੌਗ ਫੜੀ ਜਾ ਕੇ ਬਲੌਗ ਕਰਾ ਮੈਂ ਵੇਲੋ ਆ ਐਕਸਪੈਰੀਮੈਂਟ ਹੋਇਆ ਜੀ ਸਾਡੇ ਨਾਲ ਵੇਲ ਹੁਣ ਇਹਦਾ ਕੀ ਇਲਾਜ ਹੈਗਾ ਜੀ ਜੇ ਥੱਲੇ ਡੋਲੀ ਇੰਨਾ ਉਹ ਪੂਰੇ ਇੱਕੋ ਜਿਹੀ ਪਾਲੀ ਸਾਰੀ ਹੋਏ ਹੁਣ ਤਾਂ ਵਰਤਾਵਾਂਗਾ ਕੋਈ ਲੋਕਾਂ ਨੂੰ ਪਤਾ ਲੱਗ ਹੀ ਗਿਆ ਕੌਣ ਹੈਗਾ ਕਾਲੇ ਕੱਚੇ ਵਾਲਾ ਇੱਕੋ ਹੁੰਦਾ ਕਾਲੇ ਕਸ਼ੀ ਕਿਤੇ ਹੱਥ ਪੈਰ ਹੀ ਮਾਰ ਲਓ ਕਿਤੇ ਅਸੀਂ ਤਾਂ ਇਹਦੇ ਹੱਥ ਮੰਨਿਆ ਵੇਖ ਲੈਂਦੇ ਪ੍ਰਿਥਵੀ ਦੇ ਹੱਥ ਦੀ ਮੈਗੀ ਕਿਦਾਂ ਦੀ ਆ ਨਾਈਸ ਸਵਾਦ ਮੈਂ ਵੀ ਖਾ ਕੇ ਵੇਖਾਂ ਮੈਂ ਆਮ ਨਾਲ ਜਿਹੜੀ ਮੈਂ ਮੜੀ ਖਾ ਕੇ ਵੇਖੀ ਆ ਨਹੀਂ ਫਿਰ ਬਣਾਈ ਕਿੰਨੇ ਆ ਚਪੇੜ ਪੈਣੀ ਵੇਖੀ ਹੱਥ ਲਾਇਆ ਨਹੀਂ ਖੁਸ਼ ਸਵਾਲ ਹੀ ਹੋਏ ਮੈਨੂੰ ਤੇ ਹੋਦਾ ਨਹੀਂ ਲੱਗਦੀ ਵੈਸੇ ਇਹ ਤਾਂ ਮੂੰਹ ਪੈ ਮੈਂ ਵੈਸੇ ਨਾ ਜੀ ਨੂੰ ਕਹਿ ਰਿਹਾ ਸਵਾਦ ਆ ਫਿਰ ਮੇਰੇ ਹੱਥ 'ਚ ਫੋਨ ਫਿਰ ਫੋਨ ਡਿੱਗ ਗਿਆ ਨਾ ਉਹਨਾਂ ਨੇ ਹੜ ਤੋਂ ਜਾ ਸਿੱਖੀ ਆ ਮੈਂ ਆਪਣਾ ਇੱਕ ਪਲੇਅਰ ਭੇਜਿਆ ਉਹ ਨੀ ਲਾ ਲਾ ਹਰਾ ਕੇ ਆਉਣਾ ਇਹਨੂੰ ਕਾਰ ਕਹੋ ਜਦੀ ਨੇ
ਸਾਡੇ ਕੋਲ ਹੀ ਆ ਗਿਆ ਪੁੱਠਾ ਬੈਡ ਘਮਾਈ ਜਾਂਦਾ ਜੀ ਓਏ ਇਹਨੂੰ ਅੰਬਾਨੀ ਦੇ ਵਿਆਹ ਤੇ ਨਾ ਬਲਾ ਖੁਰਦਾ ਪੁੰਦ ਲੈ ਫਿਰਦਾ ਇਹ ਮੇਰਾ ਇਹ ਵਾਲਾ ਵਿਰਾਟ ਕੋਹਲੀ ਹਾਂ ਤੇਰਾ ਨਾ ਕਰ ਏਦਾਂ ਚੱਲ ਚੰਗਾ ਓਕੇ ਬਾਏ ਲੀਲੀ 5 ਸਾਲ ਬਾਅਦ ਇਧਰਲੀ ਸਾਈਡ ਨੂੰ ਕਲੀਨ ਰੋਡ ਤੇ ਲੈ ਆ ਵੇਖ ਲੈ ਵੱਡਾ ਬੈਟਸਮੈਨ ਐਵੇਂ ਵਾਈਡ ਨਹੀਂ ਕਹਿ ਵਾਈਡ ਨਹੀਂ ਆ ਵਾਈਡ ਥੋੜੀ ਨਾ ਬੋਲ ਐਵੇਂ ਰੇੜੀ ਹੈ ਨਾ ਤੇਰੇ ਤੋਂ ਨਹੀਂ ਵੱਜੀ ਉਰਾ ਬੋਲੀ ਜੀ ਨਹੀਂ ਦਿੱਤਾ ਕਿਉਂ ਕੀ ਗੱਲ ਆ ਉਹ ਮੈਂ ਬੈਟਿੰਗ ਵਾਲਾ ਬੰਦਾ ਮੈਨੂੰ ਤੁਸੀਂ ਕਿਤੇ ਬੋਲਾ ਬੋਲਾ ਚ ਫਸਾਇਆ ਚੱਲ ਓਏ ਫਿਰ ਸਾਰੀ ਬਾਅਦ ਚ ਕਰਦੇ ਆ ਆਵੇ ਬੋਲਿੰਗ ਵੇਖ ਲਓ ਬੋਲਿੰਗ ਵੇਖ ਲਓ ਇਹਦੀ ਬੋਲਿੰਗ ਚਾਹੀਦੀ ਕਰਦਾ ਹੀ ਨਹੀਂ ਮੈਂ ਬੈਟਿੰਗ ਤੇ ਗਾਈ ਆਪਾਂ ਤੁਹਾਨੂੰ ਦੱਸਦੀ ਬਹੁਤ ਬੜਾ ਕਾਰਡ ਹੋ ਗਿਆ ਇੱਥੇ ਬੋਲ ਪ੍ਰਿਥਵੀ ਨੇ ਕੱਲ ਦੀ ਉਹ ਸਾਹਮਣੇ ਕਰੇ ਤੇ ਫਿਰ ਆਂਟੀ ਬੋਲਣ ਦਾ ਵੀ ਤੇ ਹੁਣ ਫਿਰ ਸਾਡੀ ਗੇਮ ਬੰਦ ਹੋ ਗਈ ਆ ਆਂਟੀ ਨਾਲ ਮੈਂ ਪੰਗਾ ਲੈ ਲਿਆ ਹੋ ਗਈ ਸਮਾਪਤੀ ਤੇ ਹੁਣ ਘਰੇ ਚੱਲੀਏ ਤੇ ਹੁਣ ਮਿਲਦੇ ਆ ਹੁਣ ਲੱਗੀ ਬਾਈ ਗੇ ਮਾਈ ਇੱਕ ਇੱਕ ਕੱਲ ਵੀ ਵਲੌਗ ਬਣਾਉਣਾ ਉਹ ਵੀ ਆਊਗਾ ਓਕੇ ਬਾਏ ਬਾਏ